ਅੱਜ ਸਾਡੇ ਮੈਮ ਨਹੀਂ ਆਏ ਸੀ ਤੇ ਨਾ ਦੂਸਰੀ ਕਲਾਸ ਦੇ ਮੈਮ ਸਾਨੂੰ ਸਾਡੀ ਕਲਾਸ 'ਚ ਬਹਿ ਗਏ ਅਤੇ ਉਹ ਥੋੜ੍ਹੀ ਦੇਰ ਬਾਹਰ ਚਲੇ ਗਏ ਅਤੇ ਸਾਰੇ ਬੱਚੇ ਭੱਜਣ ਲੱਗ ਗਏ। ਉਹ ਕੁੜੀਆਂ ਮੈਨੂੰ ਕਹਿੰਦੀਆਂ ਸੀ ਕਿ ਤੂੰ ਵੀ ਖੇਡ, ਫਿਰ ਮੈਂ ਥੋੜ੍ਹੀ ਦੇਰ ਖੇਡੀ ਤਾਂ ਮੈਡਮ ਨੇ ਮੈਨੂੰ ਸਭ ਤੋਂ ਵੱਧ ਕੁੱਟਿਆ। ਪਹਿਲਾਂ ਉਹਨਾਂ ਨੇ ਮੇਰੇ ਕੰਨ ਖਿੱਚ ਲਏ ਸੀ, ਫਿਰ ਬਾਅਦ 'ਚ ਉਹਨਾਂ ਨੇ ਮੇਰੇ ਉਰ ਚਾਂਟੇ ਲਾਏ। ਪਹਿਲੇ ਸਾਡੇ ਫੰਕਸ਼ਨ ਚੱਲ ਰਿਹਾ ਸੀ ਔਰ ਬੱਚੇ ਥੋੜ੍ਹਾ ਸ਼ੋਰ ਕਰਕੇ, ਬੱਚਿਆਂ ਨੂੰ ਸਿਰਫ ਇਹੀ ਕਿਹਾ ਕਿ ਬੱਚਾ ਸ਼ੋਰ ਨਾ ਕਰੋ, ਤਾਂ ਉਹਦੇ 'ਚ ਬਸ ਥੋੜ੍ਹਾ ਜਿਹਾ ਹੋ ਗਿਆ, ਅਦਰਵਾਈਜ਼ ਹੋਰ ਕੁਛ ਨਹੀਂ। ਮੈਂ ਤਾਂ ਬੱਚੇ ਨੂੰ ਬਹੁਤ ਪਿਆਰ ਵੀ ਕੀਤਾ ਬਾਅਦ 'ਚ, ਕੁਛ ਲੋਕ ਬੱਚੇ ਨੂੰ ਚਾਹੇ ਨਹੀਂ, 10 ਥੱਪੜ ਨਹੀਂ ਮਾਰੇ, 2 ਥੱਪੜ ਜ਼ਰੂਰ ਮਾਰੇ ਨੇ। ਮੈਂ ਕਹਿੰਦੀ ਹਾਂ ਦੋ ਬੱਚਿਆਂ ਨੂੰ ਹੋਰ ਵੀ ਲਗਾਏ ਨੇ, ਇਹਦੀ ਸਕਿਨ ਪਤਾ ਨਹੀਂ ਸੈਂਸਿਟਿਵ ਹੈ ਕਿਆ ਹੈ ਇਹਦੇ ਨਿਸ਼ਾਨ ਤੇ ਨਾ। ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਇੱਕ ਸਕੂਲ ਦੀ ਅਧਿਆਪਕਾ ਵੱਲੋਂ 4th ਜਮਾਤ ਦੀ ਵਿਦਿਆਰਥਣ ਨੂੰ ਬੁਰੀ ਤਰ੍ਹਾਂ ਦੇ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ। ਦਰਅਸਲ ਇਹ ਖਬਰ ਖੰਨਾ ਦੀ ਹੈ ਜਿੱਥੇ ਇੱਕ ਅਧਿਆਪਕਾ ਦੇ ਵੱਲੋਂ 4th ਜਮਾਤ ਦੀ ਵਿਦਿਆਰਥਣ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਨਾਲ ਉਸ ਵਿਦਿਆਰਥਣ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ, ਜਿਸ ਤੋਂ ਬਾਅਦ ਬੱਚੀ ਦੇ ਮਾਤਾ ਪਿਤਾ ਵੱਲੋਂ ਬੱਚੀ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾ ਕੇ ਅਧਿਆਪਕ ਖਿਲਾਫ ਅਤੇ ਸਕੂਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਥੋੜੀ ਦੇਰ ਬਾਹਰ ਚਲੇ ਗਏ, ਸਾਰੇ ਬੱਚੇ ਭੱਜਣ ਲੱਗ ਗਏ। ਉਹ ਕੁੜੀਆਂ ਮੈਨੂੰ ਕਹਿੰਦੀਆਂ ਸੀ ਕਿ ਤੂੰ ਵੀ ਖੇਡ, ਫਿਰ ਮੈਂ ਥੋੜੀ ਦੇਰ ਖੇਡੀ ਤਾਂ ਮੈਡਮ ਨੇ ਮੈਨੂੰ ਸਭ ਤੋਂ ਵੱਧ ਕੁੱਟਿਆ। ਪਹਿਲਾਂ ਉਹਨਾਂ ਨੇ ਮੇਰੇ ਕੰਨ ਖਿੱਚ ਲਏ ਸੀ, ਫਿਰ ਬਾਅਦ 'ਚ ਉਹਨਾਂ ਨੇ ਮੇਰੇ ਉਰ ਚਾਂਟੇ ਲਾਏ। ਨਿਸ਼ਾਨ ਜਿਹੜੇ ਪੈਨ ਕਰਦੇ ਨੇ ਆਂ ਥੱਪੜ ਦੇ ਨੇ। ਅੱਛਾ, ਕੰਨ ਦੇ ਪਿੱਛੇ ਕੀ ਕਰਿਆ? ਕੰਨ ਨੂੰ ਇਹਨੇ ਖਿੱਚਤਾ ਸੀ। ਕਿੰਨੇ ਕੁ ਥੱਪੜ ਮਾਰੇ? 10। 10 ਥੱਪੜ ਮਾਰੇ? ਜ਼ੋਰ ਜ਼ੋਰ ਕੀ? ਹਿੰਦੀ ਪੁੱਤਰੀ ਪਾਠਸ਼ਾਲਾ ਵਿੱਚ ਪੜ੍ਹਦੀ ਹੈ। ਅੱਛਾ, ਕੀ ਮਾਮਲਾ ਹੈ ਜੀ? ਕੀ? ਕੁਛ ਵੀ ਨਹੀਂ, ਸਕੂਲ 'ਚ ਗਈ ਸੀਗੀ, ਟੀਚਰ ਨੇ ਕੁੱਟਿਆ ਇਹਨੂੰ, ਕਾਫੀ ਕੁੱਟਿਆ, ਕਾਫੀ ਕੰਨ ਕੁੰਨ ਪੱਟੇ, ਕਹਿੰਦੀ ਮੇਰੇ ਮੂੰਹ 'ਤੇ ਥੱਪੜ ਮਾਰੇ, 10-10 ਥੱਪੜ ਮਾਰੇ, ਕਾਫੀ ਨਿਸ਼ਾਨ ਵੀ ਪਏ ਸੀ ਸਕੂਲੋਂ ਆਈ ਆ। ਕੰਨ ਇਹਦੇ ਇੰਨੇ ਦੁਖ ਰਹੇ ਸੀ, ਹੱਥ ਵੀ ਨਹੀਂ ਲੱਗਦਾ ਸੀ ਕੰਨਾਂ ਨੂੰ। ਕਿਹੜੀ ਟੀਚਰ ਨੇ ਮਾਰੇ? ਰੀਨਾ ਮੈਡਮ ਆ। ਉਹਨਾਂ ਦੀ ਕਲਾਸ ਦੀ ਕੀ ਪੜ੍ਹਾਉਂਦੇ ਨੇ ਇਹਨਾਂ? ਉਹ ਕੁਛ ਵੀ ਨਹੀਂ ਪੜ੍ਹਾਉਂਦੇ, ਅੱਜ ਵੈਸੇ ਹੀ ਆਏ ਸੀ, ਇਹਨਾਂ ਦੀ ਕਲਾਸ ਇੰਚਾਰਜ ਛੁੱਟੀ 'ਤੇ ਨੇ ਅੱਜ, ਅਤੇ ਉਹ ਵੈਸੇ ਹੀ ਆ ਗਏ ਹੁਣੇ ਉਹਨਾਂ ਦੀ ਕਲਾਸ 'ਚ। ਛੁੱਟੀ ਹੋ ਗਈ, ਬੱਚੇ ਲੈ ਜਾਓ। ਜਦੋਂ ਗਏ ਬਹੁਤ ਜ਼ਿਆਦਾ ਕੁੜੀ ਦੇ ਕੰਨ ਲਾਲ, ਕਾਫੀ ਮੂੰਹ ਲਾਲ ਹੋਇਆ ਪਿਆ, ਰੋਵੇ ਬਹੁਤ ਬੱਚਾ। ਫਿਰ ਅਸੀਂ ਲੈ ਕੇ ਆਉਂਦੇ, ਅਸੀਂ ਮੈਡਮ ਨੂੰ ਪੁੱਛਿਆ, ਕਹਿੰਦੀ ਮੈਂ ਤਾਂ ਪਿਆਰ ਹੀ ਕੀਤਾ ਸੀਗਾ ਮੈਡਮ, ਕਹਿੰਦੀ ਮੈਂ ਨੀ ਮਾਰਿਆ ਇਹਨੂੰ ਇੰਨਾ। ਤੁਸੀਂ ਜਿਹੜੇ ਪ੍ਰਿੰਸੀਪਲ ਨੇ ਉਹਨਾਂ ਨੂੰ ਕੰਪਲੇਂਟ ਕੀਤੀ? ਪ੍ਰਿੰਸੀਪਲ ਸਰ ਫੰਕਸ਼ਨ ਸੀਗਾ ਅੱਜ ਟੀਚਰ ਡੇ ਦਾ, ਨਾ ਫੋਨ ਚੱਕ ਰਹੇ ਨੇ ਉਹ, ਅਜੇ ਉੱਥੇ ਬਿਜ਼ੀ ਨੇ ਕਹਿੰਦੇ, ਅਸੀਂ ਫੰਕਸ਼ਨ 'ਚ ਬਿਜ਼ੀ ਹਾਂ, ਬਾਅਦ 'ਚੋਂ ਗੱਲ ਕਰਾਂਗੇ। ਤੇ ਟੀਚਰ ਦਾ ਕੀ ਕਹਿਣਾ ਜਿਹੜੇ ਮਾਰਿਆ? ਮਾਰ ਫੋਨ ਹੀ ਨਹੀਂ ਚੱਕ ਰਹੇ ਟੀਚਰ ਡੇ, ਕਹਿੰਦੇ ਮੈਂ ਤਾਂ ਪਿਆਰ ਕੀਤਾ ਸੀ, ਕਹਿੰਦੇ ਮੈਂ ਮਾਰਿਆ ਨਹੀਂ ਗਾ, ਮੈਂ ਟਿਕਦੀ ਨਹੀਂ ਸੀਗੀ, ਬੈਠੀ ਆਲੇ ਦੁਆਲੇ ਫਿਰੀ ਜਾਂਦੀ ਸੀ, ਕਹਿੰਦੇ ਟਿੱਕੇ ਨਹੀਂ ਬਹਿੰਦੇ ਸੀ, ਕਹਿੰਦੇ। ਰਾਜਵੀਰ ਸਿੰਘ ਜੀ, ਅੱਛਾ ਕੀ ਮਾਮਲਾ ਹੈ ਜੀ? ਸਰ, ਸਕੂਲ ਵਾਲੀ ਮੈਡਮ ਨੇ ਸਾਡੀ ਬੱਚੀ ਨੂੰ ਮਾਰਿਆ। ਕਿਹੜੇ ਸਕੂਲ ਹੈ? ਇਹ ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਦੇ ਵਿੱਚ ਪੜ੍ਹਦੀ ਹੈ। ਚੌਥੀ ਕਲਾਸ ਦੇ ਵਿੱਚ ਪੜ੍ਹਦੀ ਆ। ਮੈਡਮ ਨੇ ਥੱਪੜ ਮਾਰੇ ਤੇ ਇਹਦਾ ਮੂੰਹ ਲਾਲ ਕਰਿਆ ਪਿਆ, ਇਹਦਾ ਨਿਸ਼ਾਨ ਪਏ ਨੇ ਮੂੰਹ ਤੇ ਕਾਫੀ, ਤੇ ਇਹਨੂੰ ਕੰਨਾਂ ਤੋਂ ਫੜ ਕੇ ਖਿੱਚ ਕੇ ਕੰਧ ਦੇ ਵਿੱਚ ਮਾਰਿਆ ਗਿਆ। ਤੇ ਸਾਨੂੰ ਸਾਡਾ ਬੱਚਾ ਇੱਕ ਸਕੂਲ ਤੋਂ ਲੈ ਜਾਣ ਜਾਂਦਾ ਆਪਣੇ ਸਿਸਟਰ ਨੂੰ, ਛੋਟੀ ਨੂੰ,
ਕਿਉਂ ਲੈਣ ਗਿਆ ਸੀਗਾ ਤੇ ਉਹਨੇ ਸਾਨੂੰ ਦੱਸਿਆ। ਅੱਗੋਂ ਤੁਸੀਂ ਪ੍ਰਿੰਸੀਪਲ ਮੈਡਮ ਨੂੰ ਜਾਂ ਜਿਹੜੇ ਟੀਚਰ ਨੂੰ ਤੁਸੀਂ ਮਾਰਨ ਦਾ ਕਹਿ ਰਹੇ ਹੋ ਉਹਨਾਂ ਨੂੰ ਪੁੱਛਿਆ ਜੀ? ਮੈਡਮ ਨੂੰ ਮੈਂ ਗੱਲ ਕਰੀ ਸੀਗੀ ਪਰ ਮੈਡਮ ਨੇ ਕੋਈ ਸਾਨੂੰ ਵਧੀਆ ਗੱਲ ਨਹੀਂ ਕਰੀ ਹੈਗੀ ਤਰੀਕੇ ਨਾਲ, ਤੇ ਇਸ ਕਰਕੇ ਫਿਰ ਮੈਂ ਅਸੀਂ ਕਿਹਾ ਵੀ ਤੁਸੀਂ ਕੋਈ ਬੱਚੀ ਨੂੰ ਪਾਣੀ ਪੂਣੀ ਪਿਲਾਉਂਦੇ ਤਾਂ ਕੁਛ ਹੋਰ ਮਾੜਾ ਮੋਟਾ ਕੁਛ ਕਰਦੇ। ਕੋਈ ਵੀ ਆਪਣਾ ਫੰਕਸ਼ਨ ਦੇ ਵਿੱਚ ਮੈਡਮਾਂ ਲੱਗੀਆਂ ਪਈਆਂ ਸੀਗੀਆਂ, ਉਹਨਾਂ ਦਾ ਟੀਚਰ ਡੇ ਦਾ ਫੰਕਸ਼ਨ ਸੀਗਾ ਤੇ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ ਸਾਨੂੰ, ਤੇ ਅਸੀਂ ਵੀ ਇਸ ਕਰਕੇ ਸਾਨੂੰ ਆਪ ਪ੍ਰੋਬਲਮ ਆ ਰਹੀ ਹੈ। ਬੱਚੀ ਨੂੰ ਲੈ ਕੇ ਹੁਣ ਸਿਵਲ ਹਸਪੀਟਲ ਲੈ ਕੇ? ਹਾਂਜੀ, ਫਿਰ ਬੱਚੀ ਦਾ ਟ੍ਰੀਟਮੈਂਟ ਕਰਵਾਉਣਾ ਸੀ ਸਰ। ਇੱਕ ਤਾਂ ਵੈਸੇ ਹੀ ਬਿਮਾਰ ਚੱਲ ਰਹੀ ਹੈ, ਇਹਦਾ ਟੈਸਟ ਕਰਵਾਏ ਨੇ, ਕਿਤੇ ਟੈਸਟ ਕਰਵਾਏ ਆਏ, ਹੁਣ ਟ੍ਰੀਟਮੈਂਟ ਚੱਲ ਰਿਹਾ ਇਹਨਾਂ ਤੋਂ ਬੱਚੀ ਦਾ ਜੀ। ਤੇ ਅੱਗੋਂ ਕੀ ਕਹਿਣਾ ਸਰ? ਹੁਣ ਇਹ ਹੁਣ ਅਸੀਂ ਪੁਲਿਸ ਕੰਪਲੀਟ ਕਰਾਂਗੇ, SSP ਦਫ਼ਤਰ ਕੰਪਲੀਟ ਕਰਾਂਗੇ, ਬਾਕੀ ਜੋ ਹੋਊਗਾ ਦੇਖਾਂਗੇ ਜੀ ਕਿਆ ਐਕਸ਼ਨ ਲੈਂਦੇ ਆ। ਉੱਥੇ ਹੀ ਹਸਪਤਾਲ ਪੁੱਜੀ ਅਧਿਆਪਕਾ ਮੀਨਾ ਨੇ ਕੈਮਰੇ ਦੇ ਸਾਹਮਣੇ ਬੱਚੀ ਨੂੰ ਕੁੱਟਣ ਦੀ ਗੱਲ ਸਵੀਕਾਰ ਕੀਤੀ। ਮੇਰਾ ਨਾਮ ਮੀਨਾ ਹੈ। ਅੱਛਾ, ਕੀ ਬੱਚੇ ਦਾ ਕੀ ਗੱਲ ਹੋਈ ਸੀ? ਦੇਖੋ, ਬੱਚੇ ਦੀ ਸ਼ਰਾਰਤ ਹਰ ਇੱਕ ਬੱਚੇ ਕਰਦੇ ਨੇ, ਹਨਾ। ਮੈਂ ਕੋਈ ਇਹਨਾਂ ਦੀ ਕਲਾਸ ਟੀਚਰ ਨਹੀਂ ਹੈਗੀ, ਮਤਲਬ ਨਾਲ ਦੀ ਕਲਾਸ 'ਚ ਬੈਠੇ ਨੇ ਬੱਚੇ, ਬਟ ਸਾਡੇ ਵਾਸਤੇ ਸਾਰੇ ਬੱਚੇ ਬਰਾਬਰ ਨੇ। ਹਾਲੇ ਸਾਡੇ ਫੰਕਸ਼ਨ ਚੱਲ ਰਿਹਾ ਸੀ ਔਰ ਬੱਚੇ ਥੋੜ੍ਹਾ ਸ਼ੋਰ ਕਰਕੇ, ਬੱਚਿਆਂ ਨੂੰ ਸਿਰਫ ਇਹੀ ਕਿਹਾ ਕਿ ਬੱਚਾ ਸ਼ੋਰ ਨਾ ਕਰੋ, ਤਾਂ ਉਹਦੇ 'ਚ ਬਸ ਥੋੜ੍ਹਾ ਜਿਹਾ ਹੋ ਗਿਆ, ਅਦਰਵਾਈਜ਼ ਹੋਰ ਕੁਛ ਨਹੀਂ। ਮੈਂ ਤਾਂ ਬੱਚੇ ਨੂੰ ਬਹੁਤ ਪਿਆਰ ਵੀ ਕੀਤਾ, ਬਾਅਦ 'ਚ ਪੁੱਛ ਲਓ ਬੱਚੇ ਨੂੰ ਚਾਹੇ ਨਹੀਂ। 10 ਥੱਪੜ ਨਹੀਂ ਮਾਰੇ, 2 ਥੱਪੜ ਜ਼ਰੂਰ ਮਾਰੇ ਨੇ, ਮੈਂ ਕਹਿੰਦੀ ਹਾਂ। ਦੋ ਬੱਚਿਆਂ ਨੂੰ ਹੋਰ ਵੀ ਲਗਾਏ ਨੇ, ਇਹਦੀ ਸਕਿਨ ਪਤਾ ਨਹੀਂ ਸੈਂਸਿਟਿਵ ਹੈ ਕਿਆ ਹੈ ਇਹਦੇ ਨਿਸ਼ਾਨ ਤੇ। ਨਹੀਂ ਬੇਟਾ, ਕਰਾ ਕਰਾ ਡੈਸਕ ਤੇ ਖੜਾ, ਪੀਛੇ ਖੜਾ ਕੀਆ ਥਾ ਔਰ ਇਨਕੋ ਮੈਨੇ ਮਤਲਬ ਬਾਅਦ ਮੇਂ 5 ਮਿੰਟ ਬਾਅਦ ਬਿਠਾ ਦਿੱਤੀ ਹੈ। ਨਹੀਂ, ਛੁੱਟੀ ਤੋਂ ਉੱਥੋਂ ਬਾਅਦ ਮੈਂ 2-3 ਵਾਰੀ ਮਿਲ ਕੇ ਆਈ ਹਾਂ, ਬੱਚਾ ਬਿਲਕੁਲ ਸ਼ਾਂਤ ਸੀ, ਕੁਛ ਇਹਨੇ ਮਤਲਬ ਕੁਛ ਨਹੀਂ ਕਿਹਾ ਹੈਗਾ। ਲਾਸਟ ਟਾਈਮ ਵੀ ਛੁੱਟੀ ਟਾਈਮ ਇਹਨੂੰ ਪੁੱਛਿਆ ਮੈਂ ਕਿ ਕਿਹਦੇ ਨਾਲ ਜਾਂਦੇ ਹੋ, ਕਿਉਂਕਿ ਮੇਰਾ ਫੋਨ ਸਵਿੱਚ ਆਫ ਸੀ ਅੱਜ, ਤੇ ਮੈਂ ਇਹਨੂੰ ਪੁੱਛਿਆ ਵੀ ਕਿਹਦੇ ਨਾਲ ਜਾਂਦੇ ਹੋ, ਕਿਸੇ ਮੈਡਮ ਨੂੰ ਫੋਨ ਕਰਕੇ ਘਰਦਿਆਂ ਨੂੰ ਬੁਲਾ ਲਓ। ਕਹਿੰਦੇ ਮੇਰੇ ਚਾਚੂ ਆਏ ਨੇ, ਪਤਾ ਨਹੀਂ ਜੋ ਵੀ ਹੈ, ਮੇਰਾ ਨੀਚੇ 6 ਵਿੱਚ ਬ੍ਰਦਰ ਪੜਦਾ, ਮੈਂ ਉਹਦੇ ਨਾਲ ਜਾਣਾ। ਫਿਰ ਇਹਨੂੰ ਮੈਂ ਨੀਚੇ ਬਿਠਾ ਕੇ ਆਈ ਹਾਂ ਆਪ। ਛੁੱਟੀ ਟਾਈਮ ਵੀ ਇਹ ਬੱਚਾ ਬਿਲਕੁਲ ਸ਼ਾਂਤ ਸੀ, ਥੱਲੇ ਆ ਕੇ ਪਤਾ ਨਹੀਂ ਇਹ ਕਿਸੇ ਦੇ ਪੇਰੈਂਟਸ ਦੇ ਆਣ ਕੇ ਕਹਿਣ 'ਤੇ ਜਾਂ ਪਤਾ ਨਹੀਂ ਕਿ ਬਾਅਦ 'ਚ ਰੋਣ ਲੱਗਿਆ। ਪਹਿਲੇ ਬਿਲਕੁਲ ਦੋ ਮਤਲਬ ਚੁੱਪ ਸੀ, ਬੱਚਾ ਇਹਨੇ ਕੁਛ ਨਹੀਂ ਕਿਹਾ, ਮੇਰੇ ਨਾਲ ਗੱਲਬਾਤ ਕਰਦਾ ਰਿਹਾ ਸਾਰਾ ਸਾਰੇ ਟਾਈਮ। ਬੱਚਾ ਮਿਲਿਆ ਮੈਨੂੰ, ਮੈਨੂੰ ਪਿਆਰ ਕੀਤਾ ਇਹਦੇ ਨਾਲ। ਮੈਂ ਨਾਲ ਹੀ ਅਧਿਆਪਕਾ ਦੇ ਨਾਲ ਹਸਪਤਾਲ ਦੇ ਵਿੱਚ ਬੱਚੀ ਦਾ ਹਾਲ ਜਾਣਨ ਆਈ ਸਕੂਲ ਪ੍ਰਿੰਸੀਪਲ ਨੇ ਅਧਿਆਪਕਾ ਦਾ ਹੀ ਪੱਖ ਪੂਰੇ। ਨਾਲ ਹੀ ਉਹਨੇ ਕਿਹਾ ਕਿ ਅਧਿਆਪਕਾ ਨੇ ਕਿਸੇ ਤਰ੍ਹਾਂ ਦੀ ਦੁਸ਼ਮਣੀ ਦੇ ਵਿੱਚ ਬੱਚੀ ਨਾਲ ਕੁੱਟਮਾਰ ਨਹੀਂ ਕੀਤੀ। ਮੈਮ ਕੀ ਨਾਮ ਹੈ? ਰਜਨੀ ਵਰਮਾ ਜੀ, ਪ੍ਰਿੰਸੀਪਲ। ਹਾਂਜੀ ਪ੍ਰਿੰਸੀਪਲ। ਤੇ ਬੱਚੇ ਦਾ ਜਿਹੜਾ ਹੋਇਆ ਜੀ, ਕੀ ਕਰਨੀ? ਦੇਖੋ, ਐਕਚੁਅਲੀ ਅੱਜ ਸਾਡਾ ਟੀਚਰਸ ਡੇ ਦਾ ਫੰਕਸ਼ਨ ਸੀਗਾ, ਮੈਂ ਤਾਂ ਬਿਜ਼ੀ ਸੀਗੀ। ਹਾਲ ਦੇ ਵਿੱਚ ਸਾਡੇ ਸਾਰੇ ਬੱਚੇ ਬੜੀ ਕਲਾਸਾਂ ਵਾਲੇ ਇਕੱਠੇ ਕੀਤੇ ਸੀ, ਪ੍ਰਾਇਮਰੀ ਨੂੰ ਅੱਜ ਹਾਫ ਡੇ ਸੀਗਾ, ਇਹ ਪ੍ਰਾਇਮਰੀ ਵਾਲੇ ਟੀਚਰਸ ਉੱਪਰ ਸੀ। ਜਦੋਂ ਮੈਡਮ ਨੇ ਮੈਨੂੰ 11:30 ਵਜੇ ਮੇਰੇ ਖਿਆਲ ਦੱਸਿਆ ਇਹ, ਤਾਂ ਮੈਂ ਤਾਂ ਇਹ ਗੱਲ ਕਹੀ ਵੀ ਸਿੱਧਾ ਪਹਿਲਾਂ ਡਾਕਟਰ ਨੂੰ ਦਿਖਾਓ ਜਾ ਕੇ, ਇਹ ਕਹਿੰਦੇ ਕਿ ਬੱਚੇ ਨੂੰ ਪੇਰੈਂਟਸ ਲੈ ਗਏ, ਅਤੇ ਵੀ ਉਹ ਪੇਰੈਂਟਸ ਕਹਿੰਦੇ ਨੇ ਵੀ ਅਸੀਂ ਗੱਲ ਕਰਾਂਗੇ ਆ ਕੇ। ਮੈਂ ਵੇਟ ਕਰਦੀ ਰਹੀ, ਚਲੋ ਗੱਲ ਆਈ ਹੈ, ਕੀ ਹੋ ਗਈ? ਮੈਨੂੰ ਲੱਗਿਆ ਵੀ ਇੱਥੋਂ ਕਿਸੇ ਰਿਪੋਰਟਰ ਸਾਹਿਬ ਦਾ ਵੀ ਫੋਨ ਆਇਆ ਸੀ, ਉਹਨਾਂ ਨਾਲ ਵੀ ਗੱਲ ਹੋ ਗਈ, ਉਹਨਾਂ ਨਾਲ ਗੱਲ ਸੌਟ ਆਊਟ ਜੀ ਹੋ ਗਈ। ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਪੇਰੈਂਟਸ ਨੂੰ ਮਿਲਿਓ। ਮੈਂ ਪਹਿਲਾਂ ਪਤਾ ਕਰਾਇਆ, ਕਹਿੰਦੇ ਸਿਵਲ ਹਸਪੀਟਲ ਕੋਈ ਹੈ ਨਹੀਂ, ਅਤੇ ਦੁਬਾਰਾ ਮੈਨੂੰ ਪਤਾ ਲੱਗਿਆ ਕਿ ਐਮਰਜੈਂਸੀ ਦੇ ਵਿੱਚ ਹੈ, ਤਾਂ ਮੈਂ ਫੌਰਨ ਹੁਣ ਆਈ ਹਾਂ ਬੱਚੇ ਨੂੰ ਮਿਲਣ। ਕੋਈ ਐਸੀ ਗੱਲ ਨਹੀਂ, ਸਾਡੇ ਕੋਲ 1000 ਤੋਂ ਬੱਚਾ ਉੱਪਰ ਵੱਧ ਰਿਹਾ, ਸਾਡੇ ਲਈ ਸਾਰੇ ਬੱਚੇ ਸਾਂਝੇ ਨੇ, ਸਾਡੇ ਬੱਚੇ ਨੇ ਚਾਹੇ ਛੋਟੇ ਹੈ ਬੜੇ ਹੈ, ਅਤੇ ਕਦੀ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ। ਮੇਰਾ ਖਿਆਲ ਹੈ ਮੈਡਮ ਨੇ ਇੰਟੈਂਸ਼ਨਲੀ ਕੋਈ ਦੁਸ਼ਮਣੀ ਬੱਚੇ ਨਾਲ ਕੁਛ ਨਹੀਂ ਇੰਟੈਂਸ਼ਨਲੀ ਨਹੀਂ ਮਾਰਿਆ ਹੈਗਾ, ਇਹ ਅਚਾਨਕ ਕਿੱਦਾਂ ਲੱਗਿਆ ਜਾਂ ਕਿੱਦਾਂ। ਹਾਂਜੀ, 10 ਬੱਚਾ ਕਹਿ ਰਿਹਾ, ਦੇਖੋ ਹੁਣ ਆਪਾਂ ਬੱਚੇ ਤੇ ਤਾਂ ਵਿਸ਼ਵਾਸ ਕਰਾਂਗੇ। ਹਾਂਜੀ ਹਾਂਜੀ, ਬੱਚੇ ਤੇ ਵਿਸ਼ਵਾਸ ਕਰਾਂਗੇ, ਪਰ ਟੀਚਰ ਵੀ ਕਹਿ ਰਿਹਾ ਕਿ ਮੈਂ ਇੰਨੇ ਨਹੀਂ ਮਾਰੇ, ਮੈਂ 2-3 ਮਾਰੇ ਨੇ, ਔਰ ਟੀਚਰ ਵੀ ਸਾਡੇ ਕੋਲ ਤਕਰੀਬਨ 5-6 ਸਾਲ ਤੋਂ ਪੜ੍ਹਾ ਰਹੇ ਨੇ, ਕੋਈ ਇਸ ਤਰ੍ਹਾਂ ਦੀ ਅੱਗੇ। ਅਸੀਂ ਬੱਚਿਆਂ ਨੂੰ ਤਸੱਲੀ ਦੇਣਾ ਚਾਹੁੰਦੇ ਹਾਂ ਕਿ ਅੱਗੇ ਤੋਂ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ, ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਏਗੀ। ਬਲਕਿ ਚਲੋ, ਤੁਹਾਨੂੰ ਅੱਗੇ ਵਾਸਤੇ ਵੀ ਇੱਕ ਸਬਕ ਕਹਿ ਲਓ ਮਿਲ ਗਿਆ ਜਾਂ ਕਿੱਦਾਂ, ਵੀ ਬੱਚਿਆਂ ਨੂੰ ਆਪਾਂ ਬਿਲਕੁਲ ਪਿਆਰ ਨਾਲ ਹੀ ਰੱਖਣਾ ਹੈ, ਬਿਲਕੁਲ ਵੀ ਕਿਸੇ ਨੇ ਹੱਥ ਵੀ ਨਹੀਂ ਲਗਾਉਣਾ ਬੱਚਿਆਂ ਨੂੰ, ਅਤੇ ਬਾਕੀ ਇਹਨਾਂ ਦਾ ਕੋਈ ਵੀ ਜੇ ਮੈਡੀਕਲ ਅਸੀਂ ਸਪੋਰਟ ਕਰਾਂਗੇ, ਜਿਹੜਾ ਵੀ ਇਹਨਾਂ ਦਾ ਕੋਈ ਖਰਚਾ ਹੁੰਦਾ ਹੈ, ਅਸੀਂ ਫੈਮਿਲੀ ਦੇ ਨਾਲ ਹੈ, ਬੱਚੇ ਦੇ ਨਾਲ, ਕੋਈ ਟੈਨਸ਼ਨ ਨਹੀਂ। ਇੱਥੇ ਦੱਸ ਦਈਏ ਕਿ ਰਾਜਸਥਾਨ ਦੇ ਵਿੱਚ ਵੀ ਬੀਤੇ ਕੁਝ ਦਿਨ ਪਹਿਲਾਂ ਇਹ ਮਾਮਲਾ ਸਾਹਮਣੇ ਆਇਆ ਸੀ ਕਿ ਐਸੇ ਭਾਈਚਾਰੇ ਦੇ ਬੱਚੇ ਵੱਲੋਂ ਉੱਚ ਜਾਤੀ ਦੇ ਅਧਿਆਪਕ ਦੇ ਘੜੇ ਵਿੱਚੋਂ ਪਾਣੀ ਪੀਣ ਨੂੰ ਲੈ ਕੇ ਅਧਿਆਪਕ ਦੇ ਵੱਲੋਂ ਬੱਚੇ ਦੀ ਕੁੱਟਮਾਰ ਕੀਤੀ ਗਈ ਸੀ, ਜਿਸ ਤੋਂ ਬਾਅਦ ਬੱਚੇ ਦੀ ਜਾਨ ਚਲੀ ਗਈ ਸੀ। ਹਾਲਾਂਕਿ ਅਜੇ ਇਹ ਮਾਮਲਾ ਠੰਡਾ ਹੀ ਨਹੀਂ ਹੋਇਆ ਸੀ ਕਿ ਹੁਣ ਪੰਜਾਬ ਦੇ ਵਿੱਚ ਵੀ
एक मामला अजिहा वेखन मिल गया। हुण वेखना होवेगा कि इस मामले दे विच कारवाई हो के बच्चे नूं इंसाफ मिलता है जां फिर नहीं। D5 चैनल पंजाबी लई खन्ना तों धर्मिंदर सिंह दी रिपोर्ट। होएगी किसानां दी गल, नवी खेती मशीनां, बीजां ते बागां दी गल लेके चलांगे तुहानूं रंगले पंजाब दे खेतां वल। देखना ना भुलना साडा खास प्रोग्राम फार्मिंग विद अमरजीत वड़ैच, सोमवार तो शुक्रवार सवेरे 7:30 बजे D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com D5 चैनल पंजाबी। पूरे सब्सक्राइब करो, बैल आइकन ते क्लिक करो।